ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮੁ ਅਲੈਕੁਮ ਕੀ ਹਾਲ ਚਾਲ ਹੈ ਤਮਾਮ ਭੈਣ ਭਾਈਆਂ ਦਾ ਉਮੀਦ ਕਰਨੀ ਹੈ ਤੁਸੀਂ ਵੀ ਠੀਕ ਹੋ ਸੋ ਤਾਂ ਅਲਹਮਦੁਲਿਲਾ ਅਸੀਂ ਠੀਕ ਠਾਕ ਹਾਂ ਜਿੱਥੇ ਰਹੋ ਖੁਸ਼ ਰਹੋ ਆਬਾਦ ਰਹੋ ਮੇਰੇ ਸ਼ਖਸ ਦੇ ਅਤੇ ਮੁਸਕਰਾਉਂਦੇ ਰਹੋ ਅੱਜ ਦਾ ਵਲੌਗ ਹੈ ਮਾਸ਼ਾਅੱਲਾ ਅਸੀਂ ਚੱਲੇ ਹਾਂ ਬਾਈ ਜਹਾਜ਼ ਹੋਰਾਂ ਲਈ ਹੁਣ ਤਬੀਅਤ ਦਾ ਕਾਫੀ ਜ਼ਿਆਦਾ ਖਰਾਬ ਹੈਗੀ ਅਤੇ ਉਹਦਾ ਪਤਾ ਕਰਨ ਚੱਲੇ ਹਾਂ ਰਾਤ ਨੂੰ ਚੱਲੇ ਸੀ ਅਤੇ ਉਹ ਜਿਹੜਾ ਨਾ ਫਿਰ ਸਾਹੀਵਾਲ ਜਿਹੜਾ ਨਾ ਹੋਸਪਿਟਲ 'ਚ ਚਲੇ ਗਏ ਅਤੇ ਉਹਨਾਂ ਆਖਿਆ ਵੀ ਤੂੰ ਸੁਬਾਹ ਅੱਜ ਵਿਆਹ ਅਤੇ ਹੁਣ ਜਿਹੜਾ ਨਾ ਅਸੀਂ ਬਾਈ ਜਹਾਜ਼ ਵਾਲੇ ਚੱਲੇ ਹਾਂ ਤੁਸੀਂ ਸਾਡੇ ਨਾਲ ਨਾਲ ਰਹਿਣਾ ਚੱਲ ਕੇ ਬਾਈ ਜਹਾਜ਼ ਨਾਲ ਤੁਹਾਡੀ ਮੁਲਾਕਾਤ ਕਰਾਈਂਦੇ ਹਾਂ ਕਿ ਉਹਦੀ ਤਬੀਅਤ ਦੇ ਕੀ ਹਾਲ ਹਾਂਜੀ ਜੀ ਚਲੀਏ ਸ਼ੇਰ ਜਾਨ ਵੀ ਤਿਆਰ ਹੋ ਗਿਆ ਛੱਗੀ ਵੀ ਅਤੇ ਬੱਗੀ ਵੀ ਹਾਂ ਸ਼ੇਰ ਜਾਨ ਚਲੀਏ ਬੱਗੀ ਕਿਹਦੇ ਜਾਊਂ ਜੱਜੀ ਵਾਲੇ ਜਾਊ ਚੱਲ ਆ ਜਾਓ ਚਲੀਏ ਅਤੇ ਅਸੀਂ ਹੁਣ ਚੱਲਦੇ ਹਾਂ ਬਾਈ ਜਹਾਜ਼ ਦਾ ਪਤਾ ਕਰ ਰਹੇ ਹਾਂ ਵੀ ਇਹਦੀ ਤਬੀਅਤ ਦਾ ਕੀ ਹਾਲ ਹੈ ਮੌਸਮ ਤਬਦੀਲ ਹੋਇਆ ਹੋਇਆ ਅੱਲਾ ਪਾਕ ਦੇ ਫਜ਼ਲ ਬੱਚੇ ਵੀ ਹੈ ਅਸੀਂ ਵੀ ਹਾਂ ਚੱਲੇ ਹਾਂ ਬਾਈ ਜਹਾਜ਼ ਲਿਆ ਗਿਆ ਅਤੇ ਮੈਂ ਖੈਰ ਬਾਈ ਜਹਾਜ਼ ਦਾ ਪਤਾ ਕਰ ਰਿਹਾ ਵੀ ਬਾਈ ਜਹਾਜ਼ ਦੀ ਕਾਫੀ ਜ਼ਿਆਦਾ ਤਬੀਅਤ ਖਰਾਬ ਆਈ ਗਈ ਅਗਲੇ ਦਿਨ ਹੀ ਆਇਆ ਸੀ ਅਤੇ ਫਿਰ ਜਿਹੜਾ ਨਾ ਹੋਸਪਿਟਲ ਵਿੱਚ ਅਤੇ ਹੁਣ ਜਿਹੜਾ ਨਾ ਮੈਂ ਅੱਗੋਂ ਆਇਆ ਅਤੇ ਜਿਹੜਾ ਨਾ ਬਾਜੀ ਸਮਹਿਰਾਂ ਜਿਹੜੀ ਇਹਨਾਂ ਤਬੀਅਤ ਕਾਫੀ ਜ਼ਿਆਦਾ ਖਰਾਬ ਆਈ ਉਹ ਵੀ ਉੱਥੇ ਹਸਪਤਾਲ 'ਚ ਡਿੱਗੀ ਹੈ ਅਤੇ ਅੱਗੋਂ ਪਤਾ ਲੱਗਾ ਵੀ ਬਾਜੀ ਸਮਹਿਰਾਂ ਜਿਹੜੀ ਹੈ ਨਾ ਲੱਤ 'ਤੇ ਸੱਟ ਲੱਗ ਗਈ ਹੈ ਅੱਛਾ ਹਾਂਜੀ ਅਤੇ ਉਹ ਕਾਫੀ ਜ਼ਿਆਦਾ ਜਿਹੜੀ ਹੈ ਨਾ ਬਾਜੀ ਨੂੰ ਵੀ ਹੈ ਦਰਦ ਵਗੈਰਾ ਵੀ ਇਸ ਸੁਗੇ ਅਤੇ ਬਾਈ ਜਹਾਜ਼ ਦੀ ਜਿਹੜੀ ਹੈ ਤਬੀਅਤ ਹਾਂਜੀ ਅਤੇ ਹੁਣ ਕੋਈ ਆਰਾਮ ਹੈ ਦਰਦ ਵਗੈਰਾ ਨਹੀਂ ਸਹੀ ਬਾਈ ਜਹਾਜ਼ ਸੁਣਾ ਤਬੀਅਤ ਠੀਕ ਹੈ ਜੀ ਹੁਣ ਅੱਗੇ ਨਾ ਬਿਹਤਰ ਬਾਈ ਜਹਾਜ਼ ਦੀ ਜਿਹੜੀ ਨਾ ਅੱਗੇ ਨਾ ਤਬੀਅਤ ਬਿਹਤਰ ਹੋ ਗਈ ਹੈ ਕਿਉਂਕਿ ਅੱਗੇ ਤਾਂ ਕਾਫੀ ਜ਼ਿਆਦਾ ਦਰਦ ਸੋ ਅਤੇ ਅੱਲਾ ਪਾਕ ਜਿਹੜਾ ਨਾ ਰਹਿਮ ਕਰੇ ਅਤੇ ਬੱਚਿਆਂ ਨਿਭਾਓ ਰੱਖੇ ਅਤੇ ਦਰਦ ਨਾ ਹੋਵੇ ਅਤੇ ਅੱਲਾ ਦਾ ਇਹਸਾਨ ਹੈ ਹੁਣ ਜਿਹੜਾ ਨਾ ਅਸੀਂ ਜਿਹੜਾ ਕਾਫੀ ਦੇਰ ਹੋ ਗਈ ਹੈ ਅਤੇ ਹੁਣ ਜਿਹੜਾ ਅਸੀਂ ਚੱਲਦੇ ਹਾਂ ਗਾਰਡ ਨੂੰ ਮੈਂ ਕਿਹਾ ਭੈਣ ਭਾਈਆਂ ਨਾਲ ਸ਼ੇਅਰ ਕਰ ਲਈ ਬਾਈ ਜਹਾਜ਼ ਦੀ ਤਬੀਅਤ ਪਹਿਲੇ ਨਾਲ ਨਾਲ ਜਿਹੜਾ ਬਿਹਤਰ ਹੈ ਅਤੇ ਅੱਲਾ ਪਾਕ ਦਾ ਸ਼ੁਕਰ ਹੈ ਕਿਉਂਕਿ ਸਾਡੇ ਤਾਂ ਸਿਰਫ ਤਿੰਨ ਜਿਹੜੇ ਇਹਨਾਂ ਦੀ ਤਰੇ ਰਹਿਣਗੇ ਇੱਕੋ ਹੀ ਚਾਚਾ ਹੈਗਾ ਕਿਉਂਕਿ ਜ਼ਿਆਦਾ ਤਾਂ ਕੋਈ ਸਾਡੀ ਫੈਮਿਲੀ ਹੈ ਨਹੀਂ ਛੋਟੀ ਜਿਹੀ ਬਸ ਫੈਮਿਲੀ ਹੈ ਅੱਲਾ ਪਾਕ ਜਿਹੜਾ ਨਾ ਇਹਨਾਂ ਵੀ ਤੰਦਰੁਸਤੀ ਦੇਵੇ ਅਤੇ ਜਿਹੜਾ ਨਾ ਪਰੇਸ਼ਾਨੀਆਂ ਤੋਂ ਅੱਲਾ ਕਰੇ ਦੂਰ ਰੱਖੇ ਅਤੇ ਅੱਲਾ ਦਾ ਸ਼ੁਕਰ ਹੈ ਬਾਕੀ ਜਿਹੜਾ ਨਾ ਬਾਈ ਜਹਾਜ਼ ਦੇ ਗਾਰਡਨ ਵਿੱਚ ਆ ਗਿਆ ਅਤੇ ਮਾਸ਼ਾਅੱਲਾ ਜਿਹੜਾ ਨਾ ਬਾਈ ਜਹਾਜ਼ ਦਾ ਗਾਰਡਨ ਵਿੱਚ ਅਨਾਰ ਲੱਗੇ ਹੋਏ ਬਹੁਤ ਪਿਆਰੇ ਇੱਧਰ ਵੇਖੋ ਮਾਸ਼ਾਅੱਲਾ ਮੇਰੇ ਹੀ ਅਤੇ ਬਾਈ ਜਹਾਜ਼ ਇੱਥੇ ਤੱਲਾ ਵਗੈਰਾ ਲਾਉਣਾ ਬਸ ਤਬੀਅਤ ਖਰਾਬ ਹੋਣ ਦੀ ਵਜ੍ਹਾ ਤੋਂ ਨਹੀਂ ਲਾ ਸਕਿਆ ਅਤੇ ਮੌਸਮੀ ਜਿਹੜੇ ਮਾਸ਼ਾਅੱਲਾ ਕਾਫੀ ਜ਼ਿਆਦਾ ਲੱਗੇ ਹੋ ਅਤੇ ਅੱਲਾ ਪਾਕ ਕਰ ਸੀ ਫਿਰ ਤੰਦਰੁਸਤੀ ਅੱਲਾ ਦੇ ਸੀ ਬਾਈ ਜਹਾਜ਼ ਨੂੰ ਅਤੇ ਇਨਸ਼ਾਅੱਲਾ ਜਿਹੜਾ ਨਾ ਫਿਰ ਇੱਥੇ ਤੱਲਾ ਵਗੈਰਾ ਲਾਵੇਗਾ ਅਤੇ ਅੱਲਾ ਸੋਹਣਾ ਕਰੇਗਾ ਅਤੇ ਜਲਦੀ ਠੀਕ ਹੋ ਜਾਵੇਗਾ ਆ ਗੁਲਾਬ ਦੇ ਫੁੱਲ ਲੈਣਗੇ
ਵੇਖੋ ਜੀ ਕਾਫੀ ਜ਼ਿਆਦਾ ਲੱਗੇ ਹੋਣ। ਤੇ ਨੁਮਾਨ ਜਿਹੜਾ ਨੁਮਾਨ ਕੀ ਕਰਦਾ ਵਾ ਨਾ ਆਏ ਹੋ, ਨੁਮਾਨ ਜਿਹੜਾ ਆ ਗਿਆ ਸਫਾਈ ਵਗੈਰਾ ਕਰ ਰਿਹਾ ਆ ਵਾਸ਼ਰੂਮ ਦੀ, ਅਤੇ ਮਾਸ਼ਾਅੱਲਾ ਜਿਹੜਾ ਨਾ ਵਾਸ਼ਰੂਮ ਦੀ ਸਫਾਈ ਹੋ ਗਈ। ਅਤੇ ਹੁਣ ਜਿਹੜਾ ਨਾ ਮਾਮੂ ਦੀ ਤਬੀਅਤ ਖਰਾਬ ਹੈ, ਉਹਦੇ ਅਸੀਂ ਜਾਊਂ ਉਹਦੇ ਦਿਲ ਦਾ ਜਿਹੜਾ ਨਾ ਮਸਲਾ ਸੀ, ਅਤੇ ਉਹ ਜਿਹੜਾ ਨਾ ਹੁਣ ਪੁੱਛ ਲੈਂਦੇ ਹਾਂ, ਪੁੱਛ ਕੇ ਅਤੇ ਫਿਰ ਜਿਹੜਾ ਨਾ ਘਰ ਜਾਵਾਂਗੇ। ਅੱਲਾ ਪਾਕ ਜਿਹੜਾ ਬਿਹਤਰ ਕਰਸੀ ਆ ਬੱਗੀ ਬਾਈ ਜਹਾਜ਼ ਨੂੰ ਪੁੱਛ ਲੇ, ਸਲਾਮ ਲਾਓ ਭੈਣ ਭਾਈ ਅਸੀਂ ਸਾਰੇ ਭੈਣ ਭਾਈਆਂ ਵਾਸਤੇ ਦੁਆ ਕਰਨੇ ਆ, ਤੁਸੀਂ ਸਾਡੇ ਵਾਸਤੇ ਦੁਆ ਕੀਤੀ ਕਰੋ ਤੇ ਭਾਈ ਜਹਾਜ਼ ਵਾਸਤੇ ਕੀਤੀ ਕਰੋ ਹੈ। ਆ ਇਕੱਲਾ ਕਰੇ ਉਹ ਠੀਕ ਹੋ ਜਾਵੇ, ਹਾਂ ਬੱਗੀ ਪੈਂਦੀ ਅੱਗੇ ਚੋਣ ਹੱਸਦਾ ਖੇਡਦਾ ਤੇ ਅੱਲਾ ਕਰਸੀ ਹੁਣ ਠੀਕ ਹੋ ਜਾ ਸੀ। ਬੱਗੀ ਆ ਵੇਖ ਕੀ ਇਹ ਮਾਮੂ ਜਹਾਜ਼ ਦੇ ਨਾ ਤੇਰਾ ਮਾਮੂ ਹੈ ਨਾ, ਆ ਵੇਖ ਆ ਉਹਨੇ ਮਲਟੇ ਲੱਗੇ ਹੋਣ।